ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਵੈਦ ਸ਼ਿਵ ਕੁਮਾਰ ਸਰਹੰਦ ਤੋਂ ਅੱਜ ਜਿਹੜਾ ਨੁਸਖਾ ਤੁਹਾਨੂੰ ਦੱਸਣ ਜਾ ਰਿਹਾ ਦੋਸਤੋ, ਜਿਵੇਂ ਮੌਸਮ ਬਦਲਣ ਦੇ ਅਨੁਸਾਰ ਜਾਂ ਸਰਦੀ ਸ਼ੁਰੂ ਹੋਣ ਦੇ ਨਾਲ ਹੀ ਸਾਨੂੰ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਨੇ, ਖੰਘ, ਖਾਂਸੀ, ਬਲਗਮ, ਰੇਸ਼ਾ, ਨਜ਼ਲਾ, ਜ਼ੁਕਾਮ, ਸਾਹ, ਛਿੱਕਾਂ, ਨਵੇਂ ਤੱਕ ਨੌਬਤ ਆ ਜਾਂਦੀ ਹੈ, ਇੰਨੀ ਖਾਂਸੀ ਹੋ ਜਾਂਦੀ ਹੈ, ਬੈਕਟੀਰੀਅਲ ਇਨਫੈਕਸ਼ਨ, ਵਾਇਰਲ ਇਨਫੈਕਸ਼ਨ, ਸਾਈਨਸ ਇਨਫੈਕਸ਼ਨ, ਗਲੇ ਚ ਖਾਰਿਸ਼, ਗਲੇ ਦਾ ਖਰਾਬ ਹੋ ਜਾਣਾ, ਗਲੇ ਦਾ ਬੈਠ ਜਾਣਾ, ਜਾਂ ਜਿਹੜੇ ਮੇਰੇ ਵੀਰ ਸਿੰਘ ਵੀਰ ਪਾਠ ਕਰਦੇ ਨੇ, ਭਜਨ ਗਾਉਂਦੇ ਨੇ ਲੋਕ, ਜਿਨ੍ਹਾਂ ਦਾ ਗਲੇ ਨਾਲ ਜਾਂ ਕੁਛ ਗਾਉਣ ਵਜਾਉਣ ਦਾ ਜਾਂ ਸਿੰਗਰ ਵੀ ਨੇ, ਉਹਨਾਂ ਨੂੰ ਵੀ ਬੜੀ ਦਿੱਕਤ ਆਉਂਦੀ ਆ ਆਹ ਦਿਨਾਂ ਚ, ਕਿਉਂਕਿ ਮੌਸਮ ਬਦਲਣ ਦੇ ਅਨੁਸਾਰ ਅਸੀਂ ਤਲੀਆਂ ਹੋਈਆਂ ਚੀਜ਼ਾਂ ਵੀ ਸ਼ੁਰੂ ਹੋ ਜਾਂਦੀਆਂ ਨੇ, ਨਾਲ ਪਾਣੀ ਪੀਤਾ ਜਾਂਦਾ ਤੇ ਉਧਰੋਂ ਮੌਸਮ ਠੰਡਾ ਹੁੰਦਾ, ਕਾਫੀ ਚੀਜ਼ਾਂ ਕਾਫੀ ਕਾਰਨ ਇਕੱਠੇ ਹੋ ਕੇ ਫਿਰ ਸਾਨੂੰ ਗਲੇ ਚ ਸਾਡਾ ਰੈਸਪੀਰੇਟਰੀ ਸਿਸਟਮ ਆ ਜਿਹੜਾ ਉਹ ਵੀਕ ਹੋ ਜਾਂਦਾ, ਇਹਦੇ ਨਾਲ ਕਾਫੀ ਪ੍ਰੋਬਲਮਾਂ ਆ ਜਾਂਦੀਆਂ ਨੇ। ਕਈ ਵਾਰ ਦੋ ਦੋ ਮਹੀਨੇ, ਤਿੰਨ ਤਿੰਨ ਮਹੀਨੇ ਖਾਂਸੀ ਸਾਡਾ ਖਹਿੜਾ ਨਹੀਂ ਛੱਡਦੀ, ਬੜੀ ਦਿੱਕਤ ਆਉਂਦੀ ਆ। ਰਾਤ ਨੂੰ ਕਫ ਦੋਸ਼ ਜਦੋਂ ਸੂਰਜ ਦੀ ਲੋ ਚਲੀ ਜਾਂਦੀ ਆ, ਕਫ ਦੋਸ਼ ਵੱਧ ਜਾਂਦਾ ਕੁਦਰਤੀ ਤੌਰ ਤੇ, ਤਾਂ ਖਾਂਸੀ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਆ। ਬੱਚੇ ਬੜੇ ਤੰਗ ਰਹਿੰਦੇ ਨੇ, ਮੈਂ ਦੇਖਦਾ ਵੀ ਬੱਚਿਆਂ ਨੂੰ ਲਗਾਤਾਰ ਦਵਾਈਆਂ ਦੇਣੀਆਂ ਪੈਂਦੀਆਂ ਨੇ। ਕਈ ਵਾਰ ਤਾਂ ਜਿਹੜੀਆਂ ਐਲੋਪੈਥੀ ਦੇ ਵਿੱਚ ਸਟੀਰਾਇਡਸ, ਅਸਥਾਲੀਨ, ਥੀਓ ਅਸਥਾਲੀਨ, ਏਦਾਂ ਦੀਆਂ ਮੈਡੀਸਿਨਸ ਦਿੱਤੀਆਂ ਜਾਂਦੀਆਂ ਨੇ, ਜਿਨ੍ਹਾਂ ਦੇ ਸਿੱਟੇ ਬਹੁਤ ਭਿਆਨਕ ਹੁੰਦੇ ਨੇ। ਮਾੜਾ ਜਿਹਾ ਵੀ ਮੌਸਮ ਖਰਾਬ ਹੋਇਆ, ਬੱਚੇ ਨੇ ਮਾੜਾ ਜਿਹਾ ਹੀ ਕੁਛ ਖਾ ਲਿਆ ਤੇ ਮਾਤਾਵਾਂ ਡਰਦੀਆਂ ਰਹਿੰਦੀਆਂ ਨੇ ਵੀ ਕਿਤੇ ਬੱਚਾ ਕੁਛ ਭੁਲੇਖੇ ਨਾਲ ਵੀ ਨਾ ਖਾ ਲਵੇ। ਇਹ ਹਾਲਾਤ ਬਣ ਚੁੱਕੇ ਨੇ ਕਾਰਨ ਅੰਗਰੇਜ਼ੀ ਦਵਾਈਆਂ ਕਰਕੇ, ਕਿਉਂਕਿ ਬੱਚਿਆਂ ਦੀ ਇਮਿਊਨਿਟੀ ਵੀਕ ਹੁੰਦੀ ਰਹਿੰਦੀ ਆ, ਅਸੀਂ ਆਯੁਰਵੇਦ ਤੋਂ ਦੂਰ ਹੋ ਚੁੱਕੇ ਹਾਂ ਦੋਸਤੋ। ਸੋ ਮੇਰਾ ਜਿਹੜਾ ਹੁੰਦਾ ਤੁਹਾਨੂੰ ਆਯੁਰਵੇਦ ਨਾਲ ਜੋੜਨ ਦਾ, ਮੈਂ ਪੂਰੀ ਕੋਸ਼ਿਸ਼ ਕਰਦਾ ਵੀ ਉਹ ਨੁਸਖਾ ਸੰਗਤਾਂ ਦੇ ਰੂਬਰੂ ਕੀਤਾ ਜਾਵੇ ਜਿਹੜਾ ਰਾਮਬਾਣ ਹੋਵੇ, ਤੁਹਾਡਾ ਜਿਹੜਾ ਵਿਸ਼ਵਾਸ ਆ ਆਯੁਰਵੇਦ ਤੇ ਇੰਨਾ ਗਹਿ ਗੱਚ ਹੋ ਜਾਵੇ, ਤੁਹਾਨੂੰ ਕਿਸੇ ਹੋਰ ਪੈਥੀ ਵੱਲ ਦੋਸਤੋ ਝਾਕਣ ਦੀ ਲੋੜ ਨਾ ਪਵੇ। ਕਿਉਂਕਿ ਪਹਿਲਾਂ ਆਮ ਹੀ ਲੋਕ ਇਹ ਕਰਕੇ ਖਾਂਸੀ ਦਾ, ਯਾਰ ਕੋਈ ਖਾਂਸੀ ਵਾਸਤੇ ਦਵਾਈ ਨਹੀਂ ਸੀ ਲੈਂਦਾ ਹੁੰਦਾ, ਲੋੜ ਨਹੀਂ ਸੀ ਪੈਂਦੀ, ਸ਼ਾਇਦ ਘਰੇ ਹੁੰਦਾ ਸੀ ਦੇਸੀ। ਮਾਤਾਵਾਂ ਕੀ ਕਰਦੀਆਂ ਸੀ, ਮਗਾਂ, ਪੀਪਲ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਨਾਂ ਦਾ ਚੂਰਨ ਬਣਾ ਕੇ ਦੇ ਦਿੰਦੀਆਂ ਸੀ, ਸੁਹਾਗੇ ਦੀ ਖਿੱਲ ਕਰਕੇ ਦੇ ਦਿੰਦੀਆਂ ਸੀ, ਸ਼ਹਿਦ ਨਾਲ ਬੱਚਿਆਂ ਨੂੰ ਫਟਕੜੀ ਦੀ ਖਿੱਲ ਕਰਕੇ ਦੇ ਦਿੱਤੀ ਜਾਂਦੀ ਸੀਗੀ, ਜਾਂ ਕੜਾਹ ਪ੍ਰਸ਼ਾਦ ਬਣਾ ਕੇ ਦੇ ਦਿੱਤਾ ਜਾਂਦਾ ਸੀ ਘਰਾਂ ਚ, ਰਾਤ ਨੂੰ ਸਰਕੜਾ ਜਿਹਾ ਉਹਨੂੰ ਵੀ ਕਿਹਾ ਜਾਂਦਾ, ਉਹ ਲੋਕ ਲੈ ਕੇ ਰਾਤ ਨੂੰ ਪੈ ਜਾਂਦੇ ਸੀ, ਆਹ ਇਲਾਜ ਹੋਇਆ ਕਰਦੇ ਸੀ ਖਾਂਸੀ ਦੇ ਦੋਸਤੋ। ਪਰ ਇੱਕ ਬੜੀ ਸਾਜਿਸ਼ ਦੀ ਤਹਿਤ, ਚਲੋ ਆਪਣਾ ਵਿਸ਼ਾ ਨਹੀਂ, ਆਪਾਂ ਨੂੰ ਦੂਰ ਕਰ ਦਿੱਤਾ ਗਿਆ ਕੁਦਰਤ ਵੱਲੋਂ। ਜਿੰਨਾ ਅਸੀਂ ਕੁਦਰਤ ਤੋਂ ਦੂਰ ਹੋਈ ਜਾਂਦੇ ਹਾਂ ਦੋਸਤੋ, ਉਨਾ ਅਸੀਂ ਆਪਣੇ ਦੁਆਰਾ ਇਹ ਸਮਝੇ ਵੀ ਜਾੜ ਬੁਣ ਕੇ ਉਹਦੇ ਵਿੱਚ ਘਿਰਦੇ ਜਾ ਰਹੇ ਹਾਂ। ਜੇ ਹੁਣ ਆਪਾਂ ਪੁੱਛਦੇ ਹਾਂ ਡਾਕਟਰਸ ਨੂੰ ਜਾ ਕੇ ਵੀ ਇਹ ਬੱਚੇ ਨੂੰ ਇੰਨੀ ਜਲਦੀ ਖਾਂਸੀ ਕਿਉਂ ਹੁੰਦੀ ਹੈ, ਤਾਂ ਜਵਾਬ ਇੱਕ ਹੀ ਹੁੰਦਾ ਵੀ ਜਦੋਂ ਵੱਡਾ ਹੋਊਗਾ ਠੀਕ ਹੋ ਜੂਗੀ। ਪਰ ਦੋਸਤੋ ਨਹੀਂ, ਸਾਨੂੰ ਆਯੁਰਵੇਦ ਨਾਲ ਜੁੜਨਾ ਪਊਗਾ, ਇਹ ਬਿਮਾਰੀਆਂ ਤਾਂ ਠੀਕ ਹੋਣੀਆਂ ਨੇ। ਨਹੀਂ ਕਿੰਨੇ ਹਸਪਤਾਲ ਵੱਧ ਗਏ ਨੇ, ਕਿੰਨੀ ਸਾਇੰਸ ਨੇ ਤਰੱਕੀ ਕਰ ਲਈ, ਪਰ ਬਿਮਾਰੀਆਂ ਕਈ ਗੁਣਾ ਵੱਧ ਚੁੱਕੀਆਂ ਨੇ ਉਹਦੇ ਨਾਲ। ਚਲੋ ਆਪਾਂ ਉਹ ਵਿਸ਼ੇ ਚ ਨਾ ਜਾਈਏ ਦੋਸਤੋ, ਆਪਾਂ ਮੈਂ ਤੁਹਾਨੂੰ ਇਹ ਦੱਸਾਂ ਕੁਛ ਚੀਜ਼ਾਂ ਨੇ ਜਿਹੜੀਆਂ ਬੜੀਆਂ ਹੀ ਕਾਰਗਰ ਨੇ, ਕਿਉਂਕਿ ਇਹਦੇ ਉੱਤੇ ਇੱਕ ਮੋਹਰ ਲੱਗੀ ਆ। ਕਾਹਦੀ ਮੋਹਰ? ਮਹਾਂਪੁਰਖਾਂ ਦੀ। ਸਵਾਮੀ ਸ਼ੰਕਰਾਨੰਦ ਜੀ ਮਹਾਰਾਜ ਭੂਰੀ ਵਾਲਿਆਂ ਨੇ ਇਹ ਨੁਸਖਾ ਮੈਨੂੰ ਕਈ ਸਾਲ ਪਹਿਲਾਂ ਦੱਸਿਆ ਸੀ, ਜਦੋਂ ਮੈਂ ਬੇਨਤੀ ਕੀਤੀ ਮਹਾਂਪੁਰਖਾਂ ਨੂੰ ਵੀ ਬਾਬਾ ਜੀ ਆਹ ਨੁਸਖਾ ਅਸੀਂ ਨੇ ਦੱਸਣਾ ਸੰਗਤਾਂ ਨੂੰ ਖਾਂਸੀ ਲਈ ਕਿਹੜਾ ਦੱਸਿਆ ਜਾਵੇ, ਉਹ ਕਹਿੰਦੇ ਜਿਹੜਾ ਤੁਹਾਨੂੰ ਰਾਮਬਾਣ ਨੁਸਖਾ ਦਿੱਤਾ ਉਹੀ ਸੰਗਤਾਂ ਦੇ ਰੂਬਰੂ ਕਰ ਦੋ, ਕਿਉਂਕਿ ਬਾਕਮਾਲ ਸਿੱਟੇ ਨੇ ਇਹਦੇ। ਇਹ ਤੁਸੀਂ ਸੁਣੋ ਨੁਸਖਾ ਕਿਵੇਂ ਬਣਾਉਣਾ, ਸਾਰਾ ਦੱਸਣ ਲੱਗਿਆ ਮੈਂ ਤੁਹਾਨੂੰ ਆਸਾਨ ਤਰੀਕਾ ਹੀ ਦੱਸਦਾ ਹੁੰਦਾ। ਮੈਂ ਆਹ ਦੇਖੋ ਮਗਾ, ਇਹ ਸਾਰਾ ਸਮਾਨ ਬਰਾਬਰ ਲੈਣਾ, ਦੋ ਚੀਜ਼ਾਂ ਘੱਟ ਨੇ ਉਹ ਮੈਂ ਦੱਸ ਦੂੰਗਾ। ਮਗਾ 50 ਗ੍ਰਾਮ, ਛੋਟੀ ਇਲਾਇਚੀ 50 ਗ੍ਰਾਮ, ਇਹਦੇ ਚ ਜਿਹੜੀ ਤੁਹਾਡੇ ਦੇਖਣ ਵਾਲੀ ਚੀਜ਼ ਆ ਕਾਕੜਾ ਸਿੰਘੀ, ਇਹ ਬੂਟੀ ਹੁੰਦੀ ਆ ਪੰਸਾਰੀ ਤੋਂ, ਤੁਹਾਨੂੰ ਆਰਾਮ ਨਾਲ ਮਿਲ ਜੂਗੀ। ਇਹਨੂੰ ਲਿਆ ਕੇ ਮਾੜਾ ਸਾਫ਼ ਕਰ ਲੈਣਾ ਆਪਾਂ ਨੇ, ਕੱਪੜੇ ਨਾਲ ਵੀ ਸਾਫ਼ ਕਰ ਸਕਦੇ ਹਾਂ ਦੋਸਤੋ, ਮਤਲਬ ਗਿੱਲਾ ਨਹੀਂ ਕਰਨਾ, ਇਹਨੂੰ ਧੋਣਾ ਨਹੀਂ ਹੁੰਦਾ, ਕਿਉਂਕਿ ਫਿਰ ਆਪਾਂ ਇਹਨੂੰ ਰੱਖਣਾ ਬਹੁਤ ਦੇਰ ਲਈ ਤਾਂ ਇਹਦੇ ਵਿੱਚ ਬੈਕਟੀਰੀਆ ਪੈਦਾ ਹੋ ਜਾਣਾ, ਧੋਣਾ ਨਹੀਂ, ਇੱਦਾਂ ਹੀ ਸਾਫ਼ ਕਰ ਲੈਣਾ ਚੰਗੀ ਤਰ੍ਹਾਂ। ਲਸੂੜੀਆਂ ਇਹ ਵੀ 50 ਗ੍ਰਾਮ ਨੇ, ਉਹ ਤੋਂ ਬਾਅਦ ਆ ਗਈ ਆ ਮੁਲੱਠੀ, ਮੁਲੱਠੀ ਵੀ 50 ਗ੍ਰਾਮ ਆ, ਉਹ ਤੋਂ ਬਾਅਦ ਆ ਗਈ ਵੱਡੀ ਇਲਾਇਚੀ, ਵੱਡੀ ਇਲਾਇਚੀ ਵੀ 50 ਗ੍ਰਾਮ ਆ, ਉਹ ਤੋਂ ਬਾਅਦ ਆ ਗਿਆ ਨਿਸ਼ਾਦਰ, ਨਿਸ਼ਾਦਰ 25 ਗ੍ਰਾਮ ਪਾ ਲਓ, ਇਹ ਠੀਕਰੀ ਨਿਸ਼ਾਦਰ ਆ, ਨਿਸ਼ਾਦਰ ਗੋਲੀ ਹੁੰਦਾ ਇੱਕ,
ਨਿਸ਼ਾਦਰ ਡੰਡੇ ਵਾਲਾ ਹੁੰਦਾ, ਆਪਾਂ ਨੂੰ ਠੀਕਰੀ ਨਿਸ਼ਾਦਰ ਚਾਹੀਦਾ, ਪਾਊਡਰ ਨੀ ਲੈ ਕੇ ਆਉਣਾ, ਠੀਕਰੀ ਵਾਲਾ ਨਿਸ਼ਾਦਰ ਕਹਿ ਕੇ ਆਪਾਂ ਨੇ ਪੰਸਾਰੀ ਤੋਂ ਲੈ ਲੈਣਾ। ਤੇ ਇਹ ਹੈਗਾ ਸੁਹਾਗਾ, ਸੁਹਾਗੇ ਬਾਰੇ ਪਤਾ ਹੀ ਹੈ ਵੀ ਪੰਸਾਰੀ ਤੋਂ ਮਿਲਣਾ, ਇਹਨੂੰ ਆਪਾਂ ਨੇ ਪਰ ਖਿੱਲ ਕਰ ਲੈਣਾ ਦੋਸਤੋ। ਸੁਹਾਗਾ ਲਿਆ ਕੇ ਉਹਨੂੰ ਤੋੜ ਕੇ ਬੇਕ ਕਰਕੇ ਤਵੇ ਤੇ ਰੱਖ ਕੇ ਖਿੱਲ ਬਣਾ ਲੈਣੀ ਹੈ। ਵੀ ਖਿੱਲ ਬਣਾਉਣ ਦਾ ਆਮ ਘਰਾਂ ਚ ਪਤਾ ਵੀ ਹੁੰਦਾ, ਖਿੱਲ ਬਣਾਓਗੇ ਤਾਂ ਤੁਸੀਂ ਇਹਦਾ ਪਾਊਡਰ ਹੈ ਜਿਹੜਾ 50 ਗ੍ਰਾਮ ਲੈ ਕੇ ਉਹਦੀ ਖਿੱਲ ਬਣਾ ਲੈਣੀ ਹੈ, ਤਕਰੀਬਨ ਅੱਧਾ ਰਹਿ ਜਾਂਦਾ। ਫਿਰ ਇਹ 25 ਗ੍ਰਾਮ ਆਪਾਂ ਨੇ ਪਾਉਣਾ ਵਿੱਚ, ਤੇ ਇਹਦਾ ਏਦਾਂ ਦਾ ਸਫੂਫ ਤਿਆਰ ਹੋ ਜਾਣਾ, ਪਾਊਡਰ ਏਦਾਂ ਦਾ ਤਿਆਰ ਹੋ ਜਾਣਾ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ। ਇਹਨੂੰ ਫਿਰ ਆਪਾਂ ਨੇ ਏਦਾਂ, ਜਿਵੇਂ ਮੈਂ ਤੁਹਾਨੂੰ ਦੱਸਦਾ ਦੋਸਤੋ, ਮਹੀਨ ਪਾਊਡਰ ਬਣਾਉਣ ਤੋਂ ਬਾਅਦ ਇਸ ਸਫੂਫ ਨੂੰ ਆਪਾਂ ਨੇ ਨਾ ਸ਼ਹਿਦ ਦੇ ਵਿੱਚ ਪਾ ਲੈਣਾ, ਸ਼ਹਿਦ ਨੂੰ ਉਬਾਲ ਕੇ ਉਬਲੇ ਹੋਏ ਸ਼ਹਿਦ ਚ ਪਾਉਣਾ। ਸ਼ਹਿਦ ਦੇ ਨਾ ਕਈ ਮਤ ਹੋ ਜਾਂਦੇ ਆ, ਹੁਣ ਆਯੁਰਵੇਦ ਚ ਕਿਹਾ ਜਾਂਦਾ ਵੀ ਸ਼ਹਿਦ ਨੂੰ ਉਬਾਲਣਾ ਨੀ ਚਾਹੀਦਾ, ਤੇ ਯੂਨਾਨੀ ਮਤ ਦੇ ਵਿੱਚ ਕਿਹਾ ਗਿਆ ਵੀ ਸ਼ਹਿਦ ਨੂੰ ਉਬਾਲ ਲੈਣਾ ਚਾਹੀਦਾ। ਦੋਸਤੋ ਜਦੋਂ ਮਹਾਂਪੁਰਖਾਂ ਨਾਲ ਕਾਫੀ ਲੰਬੀ ਚੌੜੀ ਅਸੀਂ ਡਿਸਕਸ ਕੀਤੀ ਤਾਂ ਅਸੀਂ ਲੈਬ ਚ ਵੀ ਇਹਨੂੰ ਟੈਸਟ ਕਰਕੇ ਦੇਖਿਆ, ਜਦੋਂ ਆਪਾਂ ਸ਼ਹਿਦ ਨੂੰ ਉਬਾਲਦੇ ਆ ਨਾ, ਕੁਛ ਉਹਦੇ ਵਿੱਚ ਏਦਾਂ ਦੇ ਬੈਕਟੀਰੀਆ ਹੁੰਦੇ ਨੇ ਜਿਹੜੇ ਖਤਮ ਹੋ ਜਾਂਦੇ ਨੇ ਉਬਾਲਣ ਨਾਲ, ਕਿਉਂਕਿ ਜਿੰਨੇ ਵੀ ਮਾਜ਼ੂਨ ਨੇ ਯੂਨਾਨੀ ਮੈਡੀਸਨ ਦੇ ਵਿੱਚ ਸਾਰਿਆਂ ਦੇ ਵਿੱਚ ਸ਼ਹਿਦ ਉਬਾਲ ਕੇ ਪਾਇਆ ਜਾਂਦਾ, ਤਾਂ ਅਸੀਂ ਇਹਨੂੰ ਬਿਹਤਰ ਸਮਝਿਆ, ਉਹੀ ਸੰਗਤਾਂ ਨੂੰ ਦੱਸਿਆ ਅਸੀਂ ਵੀ ਏਦਾਂ ਹੀ ਬਣਾਉਂਦੇ ਹਾਂ। ਦੇਖੋ ਸ਼ਹਿਦ ਨੂੰ ਉਬਾਲ ਕੇ ਇਹਨੂੰ ਆਪਾਂ ਸ਼ਹਿਦ ਥੋੜਾ ਬਹੁਤਾ ਵੱਧ ਘੱਟ ਹੋ ਜਾਵੇ ਕੋਈ ਪ੍ਰੋਬਲਮ ਨੀ, ਮਤਲਬ ਆਪਾਂ ਮਜ਼ੂਨ ਟਾਈਪ ਇੱਕ ਜਿਵੇਂ ਸਮਝ ਲਓ ਵੀ ਚਵਨਪ੍ਰਾਸ਼, ਉਹ ਤੋਂ ਥੋੜਾ ਜਿਹਾ ਇਹਨੂੰ ਪਤਲਾ ਰੱਖਣਾ ਏਦਾਂ ਖਰਲ ਦੇ ਵਿੱਚ, ਜਾਂ ਕੋਈ ਘਰਾਂ ਚ ਨਹੀਂ ਖਰਲਾਂ ਹੁੰਦੀਆਂ ਉਦਾਂ ਦੇ ਭਾਂਡੇ ਚ ਇਹਨੂੰ ਮਿਕਸ ਕਰ ਲੈਣਾ। ਇੱਦਾਂ ਸ਼ਹਿਦ ਮਿਕਸ ਕਰਕੇ ਦੋਸਤੋ ਚੰਗੀ ਤਰ੍ਹਾਂ ਆਪਾਂ ਨੇ ਬਸ ਇਹ ਤਿਆਰ ਆ, ਹੁਣ ਇਹਨੂੰ ਕੁਛ ਨੀ ਕਰਨਾ, ਇਹਨੂੰ ਮਹਿਫੂਜ਼ ਆਪਾਂ ਨੇ ਕਿਸੇ ਅੰਮ੍ਰਿਤਵਾਨ ਚ ਪਾ ਕੇ ਰੱਖ ਲੈਣਾ। 3 ਸਾਲ ਤੋਂ ਛੋਟੇ ਬੱਚੇ ਨੂੰ ਨਹੀਂ ਦੇਣਾ, 3 ਸਾਲ ਦੇ ਨੂੰ ਵੀ ਜਿਵੇਂ ਆਪਾਂ ਨੇ ਦੇਣਾ ਚਮਚ ਦੀ ਡੰਡੀ ਨਾਲ, ਇੰਨੀ ਕੁ ਖੁਰਾਕ ਆ ਛੋਟੇ ਬੱਚਿਆਂ ਲਈ, ਬਿਲਕੁਲ ਮੱਕੀ ਦੇ ਦਾਣੇ ਜਿੰਨਾ, ਉਹ ਤੋਂ ਵੱਡੇ ਬੱਚੇ ਲਈ ਵੱਧ ਖੁਰਾਕ ਹੋ ਜਾਣੀ ਆ, ਜਿਵੇਂ 5 ਸਾਲ ਦਾ ਬੱਚਾ ਤਾਂ ਆਪਾਂ ਇੰਨਾ ਦੇ ਸਕਦੇ ਹਾਂ ਇਸ ਨੂੰ, ਉਹ ਤੋਂ ਵੱਡੇ ਬੱਚੇ ਨੇ 10 ਸਾਲ ਦੇ ਨੂੰ ਫਿਰ ਆਪਾਂ ਅੱਧਾ ਚਮਚ ਦੇ ਸਕਦੇ ਹਾਂ, ਉਹ ਤੋਂ ਵੱਡਾ ਜਿਹੜੇ ਫਿਰ 10 ਸਾਲ ਤੋਂ ਉੱਪਰ 1/4 ਚਮਚ, ਫਿਰ ਸਭ ਲਈ ਇੰਨੀ ਕੁ ਖੁਰਾਕ ਆ ਬਸ ਇਹ 1/4 ਚਮਚ। ਦੋਸਤੋ ਮਜੂਨ ਇਹ ਲੈਣ ਨਾਲ ਸਾਡੀ ਖਾਂਸੀ ਹੈ ਜਿਹੜੀ ਗਲਾ ਖਰਾਬ ਆ, ਬੱਚਿਆਂ ਨੂੰ ਰਾਤ ਨੂੰ ਜ਼ਿਆਦਾ ਖੰਘ ਹੁੰਦੀ ਆ, ਇਹ ਸਾਰਿਆਂ ਲਈ ਬਣ ਗਿਆ ਦੋਸਤੋ ਨੁਸਖਾ। ਖਾਲੀ ਪੇਟ ਵੀ ਦੇ ਸਕਦੇ ਹਾਂ, ਕੋਈ ਇਹਦਾ ਨੁਕਸਾਨ ਨਹੀਂ ਹੈਗਾ। ਰਾਤ ਨੂੰ ਖਾਂਸੀ ਹੁੰਦੀ ਹੈ ਜ਼ਿਆਦਾ ਤਾਂ ਰਾਤ ਨੂੰ ਵੀ ਲੈ ਸਕਦੇ ਹਾਂ, ਇਹ ਦਿਨ ਚ 2 ਤੋਂ 3 ਵਾਰੀ 4 ਵਾਰੀ ਤੱਕ ਲੈ ਸਕਦੇ ਹਾਂ, ਕੋਈ ਨੁਕਸਾਨ ਨਹੀਂ ਇਹਦਾ ਦੋਸਤੋ। ਇਹਦੇ ਚ ਪਰਹੇਜ਼ ਰੱਖਣਾ, ਜਿਹੜਾ ਤਲੀਆਂ ਹੋਈਆਂ ਚੀਜ਼ਾਂ, ਭਾਰੀ ਚੀਜ਼ਾਂ, ਬੋਝਲ ਚੀਜ਼ਾਂ, ਖੱਟੀਆਂ ਚੀਜ਼ਾਂ ਜਿਹੜੀਆਂ ਸਾਡੀ ਜਠਰਗਨੀ ਨੂੰ ਡਾਊਨ ਕਰਦੀਆਂ ਨੇ, ਕਿਉਂਕਿ ਜਠਰਗਨੀ ਡਾਊਨ ਹੁੰਦੀ ਆ, ਡਾਇਜੈਸਟਿਵ ਸਿਸਟਮ ਸਲੋ ਹੋ ਜਾਂਦਾ, ਰੈਸਪੀਰੇਟਰੀ ਸਿਸਟਮ ਜਿਹੜਾ ਫੇਫੜਿਆਂ ਦੇ ਕੰਮ ਕਰਨ ਦੀ ਸਮਰੱਥਾ ਥੋੜੀ ਜਿਹੀ ਘੱਟ ਜਾਂਦੀ ਆ। ਉਹਦੇ ਅਨੁਸਾਰ ਅਸੀਂ ਖਾਣ ਪੀਣ, ਜਿਵੇਂ ਅਸੀਂ ਕੋਈ ਭੋਜਨ ਤੋਂ ਬਾਅਦ ਪਾਣੀ ਨਾ ਪੀਤਾ ਜਾਵੇ 1/2 ਘੰਟਾ, ਉਹ ਤੋਂ ਬਾਅਦ ਵੀ ਗਰਮ ਪਾਣੀ ਪੀਤਾ ਜਾਵੇ, ਇਹ ਚੰਦ ਦਿਨਾਂ ਚ 2-3 ਦਿਨ ਚ ਬਹੁਤ ਵਧੀਆ ਤੁਹਾਨੂੰ ਰਿਜ਼ਲਟ ਸਮਝ ਲਓ ਵੀ ਆਰਾਮ ਮਾਣ ਵਾਂਗ ਕੰਮ ਕਰਦਾ ਇਹ ਦੋਸਤੋ। ਆਓ ਆਪਾਂ ਜੁੜੀਏ ਆਯੁਰਵੇਦ ਨਾਲ, ਜੇ ਤੁਹਾਨੂੰ ਉਪਰਾਲਾ ਚੰਗਾ ਲੱਗਦਾ ਖਾਂਸੀ ਤੋਂ ਬਚਣਾ, ਖਾਂਸੀ ਲਈ ਸਾਨੂੰ ਅੰਗਰੇਜ਼ੀ ਦਵਾਈਆਂ ਦੀ ਨਾ ਲੋੜ ਪਵੇ, ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦੋਸਤੋ। ਤੇ ਜੇ ਸਾਡਾ ਉਪਰਾਲਾ ਜਿਹੜਾ ਅਸੀਂ ਤੁਹਾਡੀ ਸਹਾਇਤਾ ਨਾਲ ਜਿਵੇਂ ਤੁਸੀਂ ਸ਼ੇਅਰ ਕਰਦੇ ਹੋ ਲੋਕਾਂ ਤੱਕ ਪਹੁੰਚਦਾ, ਬਹੁਤ ਦੁਆਵਾਂ ਦਿੰਦੇ ਨੇ ਲੋਕ ਆ ਕੇ ਦੱਸਦੇ ਨੇ ਵੀ ਮੈਂ ਜੀ ਬਹੁਤ ਦੇਰ ਤੋਂ ਖਾਂਸੀ ਸੀ, ਕਈ ਮਾਤਾਵਾਂ ਭੈਣਾਂ ਨੂੰ ਲਗਾਤਾਰ ਖਾਂਸੀ ਰਹਿਣ ਨਾਲ ਯੂਰਿਨ ਪਾਸ ਹੋਣ ਲੱਗਦਾ ਜਦੋਂ ਜ਼ੋਰ ਲੱਗਦਾ, ਤਾਂ ਉਹਦੇ ਵਿੱਚ ਵੀ ਇਹ ਬਹੁਤ ਵਧੀਆ ਕੰਮ ਕਰਦਾ ਦੋਸਤੋ। ਤੇ ਪਲੱਸ ਜਿਹੜਾ ਜਿਵੇਂ ਸਾਡੇ ਦਰਦ ਹੋਣ ਲੱਗ ਜਾਂਦਾ ਛਾਤੀ ਚ, ਫੇਫੜਿਆਂ ਚ ਬਲਗਮ ਜੰਮ ਜਾਂਦੀ ਆ, ਇਹਦੇ ਵਿੱਚ ਜਿਵੇਂ ਆਪਣੇ ਸੁਹਾਗਾ ਖਿੱਲ ਪਾਇਆ ਹੋਇਆ, ਨਿਸ਼ਾਦਰ ਪਾਇਆ ਹੋਇਆ, ਇਹ ਚੀਜ਼ਾਂ ਬਲਗਮ ਨੂੰ ਛਿੰਨ ਭਿੰਨ ਕਰਕੇ ਛਾਤੀ ਨੂੰ ਬਿਲਕੁਲ ਸਾਫ਼, ਗਲੇ ਨੂੰ ਬਿਲਕੁਲ ਸਾਫ਼ ਕਰ ਦਿੰਦੀਆਂ ਨੇ। ਸੋ ਆਓ ਆਪਾਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੀਏ, ਲੋਕਾਂ ਤੱਕ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।